ਅੱਜ ਆਪਣੇ ਨਾ ਸ਼ਿਵ ਮੰਦਿਰ ਦਾ ਨੀਂਹ ਪੱਥਰ ਰੱਖਿਆ ਹੈਗਾ ਗਾ ਅਤੇ ਉਹਦਾ ਸ਼ਾਇਦ ਲੰਗਰ ਹਾਲ ਬਣਾਉਣਾ ਗਾ ਅਤੇ ਕਮੇਟੀ ਨੇ ਚਲੋ ਮਾਨ ਸਤਿਕਾਰ ਨਾਲ ਫੋਨ ਲਾ ਕੇ ਸੱਦਿਆ ਸੀਗਾ ਚਲੋ ਆਪਾਂ ਗਏ ਹੈ ਨਾ ਜਿੰਨੀ ਜੋਗੇ ਆ ਠੀਕ ਹੈ ਗਰੀਬਾਂ ਨੂੰ ਵੀ ਕਿਸੇ ਨੇ ਯਾਦ ਕੀਤਾ ਹੈ ਨਾ ਅਤੇ ਚਲੋ ਵਧੀਆ ਗੱਲ ਆ ਵੈਸੇ ਸੋਰੀ ਤੁਸੀਂ ਕਹਿੰਦੇ ਹੁੰਦੇ ਆ ਗਰੀਬ ਨਹੀਂ ਕਹਿਣਾ ਅਸੀਂ ਬਹੁਤ ਅਮੀਰ ਹਾਂ ਸਾਡਾ ਪਰਿਵਾਰ ਬਹੁਤ ਵੱਡਾ ਮੈਨੂੰ ਪਤਾ ਤੁਸੀਂ ਸਾਡੇ ਨਾਲ ਜੁੜੇ ਹੋਏ ਹਾਂ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਹੀ ਹਾਂ ਅਤੇ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਨੂੰ ਬੁਲਾਇਆ ਸਾਨੂੰ ਇੰਨਾ ਮਾਣ ਬਖਸ਼ਿਆ ਅਤੇ ਆਹ ਪੂਰੀ ਸਾਹਿਬ ਆ ਰਹੇ ਆ ਸਾਡੇ ਸੀਬਾ ਪੂਰੀ ਸਾਹਿਬ ਅਤੇ ਇਹ ਮੈਨੂੰ ਕਹਿੰਦੇ ਨਾ ਕਹਿੰਦੇ ਕਿ ਸਾਰਿਆਂ ਨਾਲ ਫੋਟੋਆਂ ਖਿਚਾਉਣਾ ਜੋ ਵੀ ਤੈਨੂੰ ਮਿਲਣਾ ਆਉਂਦਾ ਗਾ ਅਤੇ ਤੂੰ ਸਾਡੇ ਨਾਲ ਵੀ ਵੀਡੀਓ ਬਣਾ ਮਤਲਬ ਮੈਂ ਕਿਹਾ ਵੀ ਤੁਹਾਡੇ ਤੋਂ ਆਪਾਂ ਬੱਚੇ ਹਾਂ ਅਤੇ ਤੁਹਾਡੇ ਨਾਲ ਵੀ ਆਪਾਂ ਵੀਡੀਓ ਬਣਾ ਲੈਂਦੇ ਹਾਂ ਕੋਈ ਗੱਲ ਨਹੀਂ ਅਤੇ ਚਲੋ ਸਾਰਿਆਂ ਨੇ ਰਲ ਮਿਲ ਕੇ ਹੈ ਨਾ ਆਈ ਅਤੇ ਭੋਲੇ ਦਾ ਮੰਦਰ ਤਿਆਰ ਹੋ ਜਾਣਾ ਹੈ ਨਾ ਅਤੇ ਚਲੋ ਨਗਰ ਦੇ ਸੰਯੋਗ ਨਾਲ ਇਹ ਹੁੰਦਾ ਗਾ ਜੋ ਵੀ ਕਿਉਂਕਿ ਸਾਰੇ ਧਰਮ ਆ ਜਿਹੜੇ ਸਤਿਕਾਰਯੋਗ ਆ ਕੋਈ ਧਰਮ ਨਹੀਂ ਮਾੜਾ ਅਤੇ ਆ ਹਵਨ ਪਾਇਆ ਸੀਗਾ ਇਹਨਾਂ ਨੇ ਅਤੇ ਹਵਨ ਪਾਟੇ ਸੀਗੇ ਜਦੋਂ ਮੈਂ ਗਿਆ ਮੈਂ ਥੋੜ੍ਹਾ ਜਿਹਾ ਲੇਟ ਹੋ ਗਿਆ ਸੀਗਾ ਅਤੇ 4 ਵਜੇ ਦਾ ਵੈਸੇ ਆਪਾਂ ਨੂੰ ਤਕਰੀਬਨ ਟਾਈਮ ਦਿੱਤਾ ਸੀ 4 ਵਜੇ ਪਹੁੰਚ ਗਏ ਸੀਗੇ ਪੰਚਾਇਤ ਸੀਗੀ ਪਿੰਡ ਦੀ ਪੰਚਾਇਤ ਦਾ ਸਾਰੀ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਆਏ ਆ ਸੱਜਣ ਮਿੱਤਰ ਹੈ ਨਾ ਭੈਣਾਂ ਆਗੀਆਂ ਸਾਰੀਆਂ ਮਾਤਾਵਾਂ ਆਗੀਆਂ ਹੈ ਨਾ ਸਾਰਿਆਂ ਦਾ ਧੰਨਵਾਦ ਕਮੇਟੀ ਵੱਲੋਂ ਅਤੇ ਸਾਡੇ ਵੱਲੋਂ ਇੱਕ ਅਨੋਖੀ ਜੋੜੀ ਵੱਲੋਂ ਆ ਗਿਆ ਆਪਣਾ ਸੀਬਾ ਪੁਰੀ ਸਾਹਿਬ ਇਹ ਕਹਿੰਦੇ ਸਾਡੇ ਨਾਲ ਵੀਡੀਓ ਬਣਾਓ ਚਲੋ ਇਹਨਾਂ ਨੇ ਵੀ ਮਾਣ ਬਖਸ਼ਿਆ ਸਾਨੂੰ ਇੰਨੇ ਵਿੱਚ ਸਮਝਿਆ ਹੈ ਨਾ ਕਿ ਆਪਣੇ ਨਾਲ ਵੀਡੀਓ ਬਣਾਉਣ ਨੂੰ ਕਿਹਾ ਬਹੁਤ ਬਹੁਤ ਧੰਨਵਾਦ ਪੁਰੀ ਸਾਹਿਬ ਤੁਹਾਡਾ ਵੀ ਰਾਤ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਦੱਸਿਆ ਗਾ ਅਤੇ ਦੱਸਦੇ ਵੀ ਰਿਹਾ ਕਰੋ ਸਾਡਾ ਹੌਂਸਲਾ ਵਧੇ ਹੁਣ ਰਮਨ ਪਤਾ ਨਹੀਂ ਗੋਲੀ ਕਦੋਂ ਤੋਂ ਫਿਰ ਸਾਫ਼ ਦੀ ਗੋਲੀ ਲੈਣ ਗੱਜਣਾ ਉਹ ਤਾਂ ਜ਼ਿੰਦਗੀ ਤੇ ਆਣੀ ਨਹੀਂ ਮੈਨੂੰ ਕਦੀ ਖਾਣੀ ਹੈ ਨਹੀਂ ਸਿੱਖਣਾ ਲੱਗ ਰਹੀ ਹੈ ਸਿੱਖਣਾ ਤਾਂ ਪੈਣਾ ਇਹਦਾ ਗਰਮੀ ਤਾਂ ਝੱਲਣੀ ਪੈਣੀ ਹੈ ਇੱਕੋ ਦਮ ਹੀ ਗਰਮੀ ਪੜਾਸ ਦੀ ਹੋ ਜਾਂਦੀ ਹੈ ਤੇ ਲੱਗਣ ਲੱਗ ਜਾਂਦੀ ਆਫੜੇ ਮੜਾ ਜਾ ਮੋਏ ਪੀਸੀ ਨਹੀਂ ਪੀਸੀ ਆ ਆਹ ਦੇਖੋ ਮੋਟੀ ਹੈ ਓਏ ਖੁਰ ਜਾਣੀ ਆ ਨਹੀਂ ਖਾਦੀ ਜਾਂਦੀ ਫਿਰ ਮੂੰਹ ਚੰਦੀ ਹੈ ਆਹ ਦੇਖ ਲਓ ਆ ਪੀਸੀ ਵੀ ਗੋਲੀ ਆ ਅਖੇ ਪੀਸੀ ਐਵੇਂ ਥੋੜਾ ਦਿਲ ਦੇ ਕੋਈ ਨੀ ਸੁਤਾ ਮਾੜੇ ਮੋਟੇ ਆ ਇੰਨੇ ਕੁ ਤਾਂ ਚੱਲ ਜਾਂਦੇ ਆ ਮੇਰੇ ਤੋਂ ਨਹੀਂ ਕਰਦੇ ਜਾਂਦੇ ਆ ਹਾਂ ਦੱਸ ਦਿਓ ਕੋਈ ਹੈਗਾ ਰਮਨ ਅਰਗਾ ਭੈਣ ਭਰਾ ਵੀ ਪੀਸ ਕੇ ਗੋਲੀ ਖਾਂਦਾ ਹੋਵੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੈਸੇ ਤੁਸੀਂ ਐਂ ਵੀ ਦੱਸੋ ਵੀ ਕਮੈਂਟ ਕਰਕੇ ਵੀ ਗੋਲੀ ਪੀਸ ਕੇ ਖਾਣੀ ਔਖੀ ਆ ਕਿ ਗੋਲੀ ਖਾਣੀ ਔਖੀ ਆ ਇਹ ਪੀਸ ਕੇ ਖਾਂਦੀ ਰਹਿਣਾ ਤੁਹਾਡੇ ਸਾਹਮਣੇ ਆ ਵੀ ਉੱਥੇ ਪਤਾ ਹੋਸਪਿਟਲ 'ਚ ਕੀ ਕਹਿੰਦੀ ਨਾ ਇੱਕ ਕੈਪਸੂਲ ਦਿੱਤਾ ਉਹਨਾਂ ਨੇ ਗੋਲੀ ਉਹ ਸ਼ਾਇਦ ਟਾਂਕਿਆਂ ਤੋਂ ਦਿੰਦੇ ਉੱਥੇ ਉੱਥੇ ਖਵਾਈ ਆ ਉਹਨਾਂ ਨੇ ਦਵਾਈ ਇੱਕ ਗੋਲੀ ਸੀ ਇੱਕ ਕੈਪਸੂਲ ਸੀ ਉਹਨਾਂ ਨੂੰ ਕਹਿੰਦੀ ਕੈਪਸੂਲ ਮੈਂ ਆਏ ਨਹੀਂ ਲੈਣਾ ਮੈਂ ਤਾਂ ਖੋਲ੍ਹ ਕੇ ਲਊਂ ਉਹ ਕਹਿੰਦੇ ਚਲੋ ਖੋਲ੍ਹ ਕੇ ਲੈ ਲਓ ਅਤੇ
उस तो बाद बाद च खा खूगे दवाई ते शाम नू कहिंदी पानी दे आ दवाई मेरे पसंद आई है। मैं कहा यार दवाईयां भी पसंद होंदियां ये दवाई पसंद आई इहदे उत्थे अठा महीने थोड़ी नहीं हैगी ना तां करके आ भी दवाई पसंद आ जी मैं पीस के दे दिया कदे जेड़ा उपरों सरके जा लैंदा ओ कढ देना कहिंदे ओ खाना नहीं जमुनानगर तो मेनू मैं कहता कहो सनी दी मम्मी है वो कहने मैं सनी दी मम्मी बोल रही बाबे नू लाया सी लग मेनू गया ओ जदों मैनू कहण लग गए कहिंदे अखे आए करके मुंडा बाहर गया गा उत्थे सही सही सहूलत नहीं मिली तुसी कस करो मैं क्या मैं की कर सकता मैं क्या जी मेरे ताए का मुंडा गया वा कवायद भी उन्होंने पुछ लागे भी उत्थे सद लूगा तो कहने नहीं वो कवायद कोई गड्डी चला कंपनी की तो आबू धाबी आ मैं क्या आंटी तुम लाया कितने है कहने अं बाबा जी लाया मैं क्या मैं बाबा नहीं गा मैं तो पंजाब तो बोलदा कहने नहीं असं इधर ही जमुनानगर ही लाया मैं चलो आंटी कोई गल नहीं जमुनानगर तो सी कोई चिट्टा मंदिर है हां ओथे दसो पुगत कर ला दूजी भी लग हाय फिर समझ आ राम ना एक मिनट रुक जाना सी एक मिनट माड़ी मोटी भी रह ना जावे ना माड़ी मोटी ये नूर है तो वो अपने नाल के घरों गुआढ़ियों की कुड़ी सी ये सहेली यदि बेस्ट फ्रेंड है ना नूर नाम की है गुरलीन ठीक है बेस्ट फ्रेंड है तेरी अच्छा ठीक है अज नूर ने जाना अपने गाँव अपने शहर इन्हों का भी गाँव वर्गा शहर है ना भी शहर कह जितों की मैं लगता ना उत्थे तो मन मन नाले का पानी खड़ा होंगे साढ़े वेख गलियां कहने सुंदर वेख्या ना चार सपेरा घूम के पिंड का प्या ना सफाई इदा पिंड पिंड ही होंगे है शहर शहर ही होते हैं सू तो इन्होंने मम्मी ने भेजा गा सू मिलने वास्ते इतने विह हुए थे तो कुजरती मैं इन्होंने बाजार से मिल गया चलो इन्होंने मैं बुलाया कहते भी साढ़े मम्मी जी थोड़ा वीडियो वेखते होंगे तो फिर मैं क्या भी तुम चलो घर मैं आ गया जी आया ना इन्होंने सू मिलना है ना सू इन्ना प्यार बख्शते हाँ उधर भैन मैं कहते भी हरजीत का गाल ला के बनाई हुई है इधर रमन भी दिखा दे जापन और सुता पे मुंह अड्डे अखा खोलिया सो गई ना एक नंबर पखा तेज कर दो काट दे।